ਸਤਿਕਾਰਯੋਗ ਸਰਦਾਰ ਗਿਆਨ ਸਿੰਘ ਜੀ ਸੰਧੂ, ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗਾ ਉਹ ਮੰਚ 'ਤੇ ਆਉਣਗੇ ਅਤੇ ਰੈਜ਼ੋਲੂਸ਼ਨ ਜਿੱਥੇ ਬਾਬਾ ਗੁਰਦਿੱਤ ਸਿੰਘ ਹੋਰਾਂ ਦੀ ਤਸਵੀਰ ਹੈ ਉਹ ਲੈ ਕੇ ਇਹਨਾਂ ਪਾਸ ਆਵਾਂਗੇ। ਉਸ ਤੋਂ ਬਾਅਦ ਫ੍ਰੈਂਚ ਦੇ ਵਿੱਚ ਇਹਨੂੰ ਨਾਲੋ ਨਾਲ ਜਿਹੜਾ ਇਹਦਾ ਤਰਜਮਾ ਕਰਕੇ ਸਾਹਿਬ ਕੌਰ ਧਾਲੀਵਾਲ ਉਹ ਨਾਲ ਮੌਜੂਦ ਹੋਣਗੇ ਅਤੇ ਪੰਜਾਬੀ ਦੇ ਵਿੱਚ ਭੁਪਿੰਦਰ ਸਿੰਘ ਮੱਲੀ। ਮੈਂ ਥੋੜ੍ਹਾ ਜਿਹਾ ਦੱਸਦਿਆਂ ਭੁਪਿੰਦਰ ਸਿੰਘ ਮੱਲੀ ਜਿਹੜੇ ਕਿ ਜਿਵੇਂ ਪੰਜਾਬ ਫਾਊਂਡੇਸ਼ਨ, ਵਿਰਾਸਤ ਫਾਊਂਡੇਸ਼ਨ, ਖਾਸ ਤੌਰ 'ਤੇ ਹਰਦਿਆਲ ਸਿੰਘ ਬੈਂਸ ਵਰਗੇ ਜਿਹੜੇ ਨਿਧੜਕ ਯੋਧੇ ਨੇ ਉਹ ਜਿਹੜੇ ਕਿ ਸਹੀ ਅਰਥਾਂ ਦੇ ਵਿੱਚ ਮਨੁੱਖੀ ਹੱਕਾਂ ਦੇ ਤਰਫਦਾਰੀ ਕਰਦੇ ਨੇ ਉਹਨਾਂ ਦੇ ਨੁਮਾਇੰਦਾ ਨੇ। ਅਤੇ ਇਸੇ ਤਰ੍ਹਾਂ ਸਰਦਾਰ ਗਿਆਨ ਸਿੰਘ ਸੰਧੂ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਇਹ ਸੰਘਰਸ਼ ਦੇ ਵਿੱਚ ਮਨੁੱਖੀ ਹੱਕਾਂ 'ਤੇ ਵੱਖ ਵੱਖ ਪਹਿਲੂਆਂ 'ਤੇ ਸੰਸਥਾਵਾਂ ਦੇ ਵਿੱਚ ਲਾਈ ਹੈ। ਸਾਹਿਬ ਧਾਲੀਵਾਲ ਜੋ ਕਿ ਨੌਜਵਾਨ ਪੀੜ੍ਹੀ ਦੀ ਨੁਮਾਇੰਦਗੀ ਕਰਦੇ ਇਸ ਮੰਚ 'ਤੇ ਸੁਸ਼ੋਭਿਤ ਹੋਣਗੇ, ਤਿੰਨੇ ਭਾਸ਼ਾਵਾਂ ਦੇ ਵਿੱਚ ਇਹ ਰੈਜ਼ੋਲੂਸ਼ਨ ਸਾਂਝੇ ਕਰਨਗੇ। ਸੋ ਉਮੀਦ ਹੈ ਕਿ ਤੁਸੀਂ ਇਹਨਾਂ ਨੂੰ ਪ੍ਰਵਾਨਗੀ ਦਿਓਗੇ ਇੱਕ ਇੱਕ ਰੈਜ਼ੋਲੂਸ਼ਨ। ਉਸ ਤੋਂ ਬਾਅਦ ਅਸੀਂ ਬੁਲਾਰਿਆਂ ਦਾ ਜਿਹੜਾ ਸਿਲਸਿਲਾ ਆਰੰਭ ਕਰਾਂਗੇ। ਸਾਰਾ ਮੀਡੀਆ ਜਿੰਨਾ ਵੀ ਸ਼ਾਮਿਲ ਹੈ ਉਹਨਾਂ ਦਾ ਤਹਿ ਦਿਲੋਂ ਧੰਨਵਾਦ। ਅਤੇ ਪਿੱਛੇ ਜਿਹੜੇ ਦੂਰ ਖੜ੍ਹੇ ਨੇ ਉਹਨਾਂ ਨੂੰ ਮੈਂ ਗੁਜ਼ਾਰਿਸ਼ ਕਰਾਂਗਾ ਨਜ਼ਦੀਕ ਆ ਜਾਣ ਅਤੇ ਇਸ ਸਮੇਂ ਜਿਹੜੇ ਰੈਜ਼ੋਲੂਸ਼ਨ ਮਤੇ ਹੈ ਉਹ ਸਾਂਝੇ ਕੀਤੇ ਜਾਣਗੇ। ਗਿਆਨ ਸਿੰਘ ਜੀ ਸੰਧੂ, ਸਾਹਿਬ ਕੌਰ ਧਾਲੀਵਾਲ ਅਤੇ ਨਾਲ ਭੁਪਿੰਦਰ ਸਿੰਘ ਜੀ ਮੱਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਟਸ ਸਰਟਨਲੀ ਐਨ ਆਨਰ ਐਂਡ ਅ ਪ੍ਰਿਵਿਲੇਜ ਐਕਚੁਅਲੀ ਟੂ ਬੀ ਅਮੰਗ ਆਲ ਆਫ ਅਸ ਹਿਅਰ ਐਕਚੁਅਲੀ, ਐਂਡ ਆਈ ਵੈਲਕਮ ਈਚ ਐਂਡ ਐਵਰੀ ਵਨ ਆਫ ਯੂ, ਸਪੈਸ਼ਲੀ ਇਲੈਕਟਿਡ ਅਫੀਸ਼ੀਅਲਸ ਐਂਡ ਆਰ ਆਨਰੇਬਲ ਮਿਨਿਸਟਰਸ ਹਿਅਰ। ਥੈਂਕ ਯੂ ਵੈਰੀ ਮੱਚ ਫੋਰ ਜੁਆਇਨਿੰਗ ਵਿਦ ਅਸ ਐਕਚੁਅਲੀ ਐਟ ਦਿਸ ਵੈਰੀ ਵੈਰੀ ਮੱਚ ਕਮੈਮੋਰੇਟਿਵ ਇਵੈਂਟ, ਐਂਡ ਸਰਟਨਲੀ ਇਟਸ ਮਾਈ ਆਨਰ ਟੂ ਬੀ ਰੀਡਿੰਗ ਦੀ ਰੈਜ਼ੋਲੂਸ਼ਨ ਐਕਚੁਅਲੀ ਔਨ ਬਿਹਾਫ ਆਫ ਆਲ ਆਫ ਯੂ। ਰੈਜ਼ੋਲੂਸ਼ਨ ਰੀਡਸ ਲਾਈਕ ਦ ਰੈਸਟੋਰੇਸ਼ਨ ਆਫ ਦ ਓਰਿਜਨਲ ਨੇਮ। We demand that the name Kamagata Maru be restored to its original designation, Guru Nanak Jihad, as coined by Baba Gurdas Singh Ji. The current name fails to capture the true struggle and essence of this historic voyage, and returning to the original name is essential to honor the legacy accurately. Maintenant en français, la première résolution c'est le suivant: la restauration du nom d'origine. Nous exigeons que le nom Kamagata Maru soit restauré à son nom d'origine, Guru Nanak Jahaz, tel que nommé par Baba Gurdip Singh Ji. Le nom actuel ne parvient pas à saisir la véritable lutte et l'essence de ce voyage historique. Et revenir au nom d'origine est essentiel pour honorer correctement cet héritage. Asi mangarde haan ke Kamagata Maru naam di thaan Baba Gurdip Singh Ji ate musafiran dwara ਦਿੱਤੇ ਗਏ ਗੁਰੂ ਨਾਨਕ ਜਹਾਜ਼ ਦੇ ਅਸਲੀ ਨਾਂ ਨੂੰ ਬਹਾਲ ਕੀਤਾ ਜਾਵੇ। ਮੌਜੂਦਾ ਨਾਂ ਇਸ ਇਤਿਹਾਸਿਕ ਯਾਤਰਾ ਦੇ ਅਸਲ ਸੰਘਰਸ਼ ਅਤੇ ਤੱਤ ਨੂੰ ਹਾਸਲ ਕਰਨ ਵਿੱਚ ਅਸਫਲ ਰਿਹਾ ਹੈ। ਇਸ ਮਹੱਤਵਪੂਰਨ ਘਟਨਾ ਦੀ ਵਿਰਾਸਤ ਦਾ ਸਹੀ ਸਨਮਾਨ ਕਰਨ ਲਈ ਅਸਲੀ ਨਾਂ ਨੂੰ ਬਹਾਲ ਕਰਨਾ ਬਹੁਤ ਜ਼ਰੂਰੀ ਹੈ। We call for an immediate halt to the use of taxpayers' money for superficial honors, such as street naming ceremonies. While these gestures may appear gracious, they amount to mere lip service.
The Guru Nanak Jihad deserves a more substantial and meaningful commemoration that truly reflects its historical significance. La deuxième résolution, c'est les pratiques d'honneur inefficaces. Le Guru Nanak Jihad mérite une commémoration plus substantielle et significative qui reflète véritablement son importance historique. Nous demandons l'arrêt immédiat de l'utilisation d'argent des contribuables pour des honneurs superficiels, tels que les cérémonies de dénomination de rue. Bien que ces gestes puissent sembler gracieux, ils ne sont pas que des paroles en l'air. Guru Nanak Jihad ਹੋਰ ਮਹੱਤਵਪੂਰਨ ਅਤੇ ਸਾਰਥਕ ਯਾਦਗਾਰ ਦਾ ਹੱਕਦਾਰ ਹੈ ਜੋ ਸੱਚਮੁੱਚ ਇਸ ਦੀ ਇਤਿਹਾਸਿਕ ਮਹੱਤਤਾ ਨੂੰ ਦਰਸਾਉਂਦੀ ਹੋਵੇ। ਇਸ ਵਿੱਚ ਵਿੱਦਿਅਕ ਪ੍ਰੋਗਰਾਮ, ਕਮਿਊਨਿਟੀ ਇਵੈਂਟਸ ਅਤੇ ਸਥਾਈ ਪ੍ਰਦਰਸ਼ਨੀਆਂ ਸ਼ਾਮਲ ਹਨ ਜੋ ਇਸ ਇਤਿਹਾਸਿਕ ਯਾਤਰਾ ਦੀ ਕਹਾਣੀ ਅਤੇ ਪ੍ਰਭਾਵ ਦੀ ਡੂੰਘਾਈ ਨਾਲ ਪੜਚੋਲ ਦੀ ਅਤੇ ਪੇਸ਼ਕਾਰੀ ਕਰਦੇ ਹਨ। ਅਸੀਂ ਸਤਹੀ ਸਨਮਾਨਾਂ ਅਤੇ ਟੈਕਸ ਦਾਤਾਵਾਂ ਦੇ ਪੈਸੇ ਦੀ ਦੁਰਵਰਤੋਂ ਅਤੇ ਰੋਕ ਦੀ ਮੰਗ ਕਰਦੇ ਹਾਂ, ਜਿਵੇਂ ਕਿ ਤਖ਼ਤੀ, ਕੰਧ ਚਿੱਤਰ ਅਤੇ ਗਲੀ ਦੇ ਨਾਮਕਰਨ ਕਰਨੇ। ਵੇਖਣ ਨੂੰ ਚਾਹੇ ਇਹ ਸੰਕੇਤ ਚੰਗੇ ਲੱਗਦੇ ਹਨ, ਪਰ ਅਸਲ ਵਿੱਚ ਇਹ ਸਿਰਫ ਨਾਮ ਮਾਤਰ ਹਨ। ਬੋਲੇ ਸੋਨੇਹਾ ਸ੍ਰੀ ਅਕਾਲ। The third one is rectifying historical education. In true respect to our Gadri Babe, we formally request that academic institutions, cultural organizations and museums rectify the historical record to accurately reflect the term Guru Nanak Jihad. Proper representation of the chartered ship's identity is crucial for understanding our Punjabi Canadian heritage and ensuring the legacy of this historic voyage is preserved and honored appropriately. Thank you. La troisième résolution, rectification de l'éducation historique. Par respect pour notre Gadri Babe, nous demandons formellement aux institutions académiques, aux organisations culturelles et aux musées de rectifier les documents historiques afin de refléter correctement le terme Guru Nanak Jihad. Une représentation correcte de l'identité d'une œuvre effrétée est cruciale pour comprendre notre héritage Punjabi canadien et pour assurer que l'héritage de ce voyage historique est préservé et honoré de manière appropriée. ਸਾਡੇ ਗਦਰੀ ਬਾਬਿਆਂ ਦੇ ਸੱਚੇ ਸਤਿਕਾਰ ਵਿੱਚ ਅਸੀਂ ਬੇਨਤੀ ਕਰਦੇ ਹਾਂ ਕਿ ਅਕਾਦਮਿਕ ਸੰਸਥਾਵਾਂ, ਸੱਭਿਆਚਾਰਕ ਸੰਸਥਾਵਾਂ ਅਤੇ ਅਜਾਇਬ ਘਰ ਗੁਰੂ ਨਾਨਕ ਜਹਾਜ਼ ਸ਼ਬਦ ਨੂੰ ਸਹੀ ਰੂਪ ਵਿੱਚ ਦਰਸਾਉਣ ਲਈ ਇਤਿਹਾਸਿਕ ਰਿਕਾਰਡ ਨੂੰ ਸੋਧਣ। ਸਾਡੇ ਪੰਜਾਬੀ ਕੈਨੇਡੀਅਨ ਵਿਰਸੇ ਨੂੰ ਸਮਝਣ ਅਤੇ ਇਤਿਹਾਸਿਕ ਸਫ਼ਰ ਦੀ ਵਿਰਾਸਤ ਨੂੰ ਸਹੀ ਢੰਗ ਨਾਲ ਸੁਰੱਖਿਅਤ ਅਤੇ ਸਨਮਾਨ ਦੇਣ ਲਈ ਚਾਰਟਰਡ ਜਹਾਜ਼ ਗੁਰੂ ਨਾਨਕ ਜਹਾਜ਼ ਦੀ ਪਛਾਣ ਦੀ ਸਹੀ ਨੁਮਾਇੰਦਗੀ ਬਹੁਤ ਜ਼ਰੂਰੀ ਹੈ। ਬੋਲੇ ਸੋ ਨਿਹਾਲ ਸ੍ਰੀ ਅਕਾਲ। I think we ask all of you actually by responding to the Jakarta once more actually. Bole so nihal. Sat Sri Akal. Thank you very much and merci beaucoup.